ਆ ਮੇਰੇ ਬੇਟਾ ਨੇ ਜੀ, ਆ ਮੇਰੀ ਬੇਟੀ ਨੇ ਜੀ, ਹਰਿਆਰੀਆਂ ਦੇ ਪਰਿਵਾਰ ਸਾਡੇ ਘਰ ਆਉਣ ਲੱਗ ਪਏ ਜੀ, ਮੇਰੇ ਰਿਸ਼ਤੇਦਾਰਾਂ ਦੇ ਵੀ ਆਉਣ ਲੱਗ ਪਏ ਜੀ ਘਰ, ਕਹਿੰਦੇ ਨੇ ਸਾਡੇ ਤੋਂ ਪੈਸਾ ਲੈ ਲਓ, ਰਾਜੀ ਬੰਦਾ ਕਰ ਲਓ ਜੀ, ਸਾਨੂੰ ਇਸ ਗੱਲ ਦਾ ਬਹੁਤ ਡਰ ਆ ਜੀ। ਤੇ ਦੇਖੋ ਜੀ, ਉਹ ਸਾਡੇ ਕੰਨੀ ਹੁਣ ਪੈਸਾ ਝੋਕਦੇ ਨੇ, ਜਦੋਂ ਜੀ ਉਹਨਾਂ ਨੇ ਕਤਲ ਕੀਤਾ ਸੀ ਉਦੋਂ ਉਹਨਾਂ ਨੇ ਇਹ ਗੱਲ ਸੋਚਣੀ ਸੀ ਵੀ ਅਸੀਂ 200 ਰੁਪਏ ਪਿੱਛੇ ਇੱਕ ਮਾਸੂਮ ਬੱਚਿਆਂ ਦਾ ਬਾਪ ਦਾ ਕਤਲ ਕਰਦੇ ਹਾਂ। ਅੱਜ ਉਹ ਸਾਡੇ ਪੈਰਾਂ ਦੇ ਵਿੱਚ 50-50 ਲੱਖ ਰੁਪਇਆ, ਕਰੋੜ ਕਰੋੜ ਲੱਖ ਰੁਪਇਆ ਸਾਡੇ ਪੈਰਾਂ 'ਚ ਸਿੱਟਦੇ ਨੇ, ਉਹਦੇ 200 ਰੁਪਏ ਪਿੱਛੇ ਸਾਡੇ ਬੱਚਿਆਂ ਦਾ, ਮਾਸੂਮਾਂ ਦਾ ਬਾਪ। ਇਸ ਟਾਈਮ ਅਸੀਂ ਰੋਲਿੰਦਾਂ ਦੇ ਵਿੱਚ ਰੋਲਤੇ ਉਹ, ਉਦੋਂ ਉਹਨਾਂ ਨੇ ਕਿਉਂ ਨੀ ਇਹ ਗੱਲ ਸੋਚ ਸੋਚੀ? ਅੱਜ ਸਾਡੇ ਪੈਰਾਂ ਦੇ ਵਿੱਚ ਪੈਸੇ, ਉਹ ਪੁਲਿਸ ਦੇ ਖਿਲਾਫ਼ ਵੀ ਜਾਂਦੇ ਨੇ, ਪੈਸੇ ਧਰਨੇ ਲਾਉਂਦੇ ਨੇ ਵੀ ਉਹਨਾਂ ਦੇ ਬੱਚਿਆਂ ਨੂੰ ਉਹ ਕਰੋ। ਸਾਨੂੰ ਜੀ ਬਾਹਰ ਤੱਕ ਬਹੁਤ ਡਰ ਆ ਜੀ, ਮੈਂ ਬੱਚਾ ਨੀ ਤੋਰ ਸਕਦੀ, ਬੇਟੀ ਵੀ ਨੀ ਤੋਰ ਸਕਦੀ, ਵੀ ਇਸ ਦਰਦ ਦੇ ਮਾਰੇ ਅਸੀਂ ਬਾਹਰ ਨਿਕਲ ਨਹੀਂ ਸਕਦੇ। ਖਿਡਾਰੀਆਂ ਤੋਂ ਡਰ ਲੱਗਦਾ, ਉਹਨਾਂ ਦੇ ਪਰਿਵਾਰ ਮੈਂਬਰ ਜੀ ਮੇਰੇ ਬਾਹਰ ਚ ਦਰਵਾਜ਼ੇ ਚ ਆ ਕੇ ਖੜ ਜਾਂਦੇ ਨੇ, ਮੇਰੇ ਰਿਸ਼ਤੇਦਾਰਾਂ ਦੇ ਖਿਲਾਫ਼ ਖੜ ਜਾਂਦੇ ਨੇ ਵੀ ਮੈਂ ਜੇ ਰਿਸ਼ਤੇਦਾਰਾਂ ਨੂੰ ਖੜਾਉਣੀ ਆ ਤਾਂ ਵੀ ਉਹਨਾਂ ਦੇ ਮਹਿਸੂਸ ਖੜਦੇ ਨੇ ਆ ਕੇ ਉਹ। ਅਸੀਂ ਮੰਗ ਇਹੀ ਕਰਦੇ ਆ ਵੀ ਜੀ ਉਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਹੋਈ ਜਾਵੇ। ਰਿਟਾਇਰਡ ਥਾਣੇਦਾਰ, ਇਹ ਵੇਖੋ ਜਿਹੜਾ ਪਿੱਛੇ ਕਾਂਡ ਵਾਪਰਿਆ, ਹੌਲਦਾਰ ਦਰਸ਼ਨ ਸਿੰਘ ਉੱਥੇ ਇੱਕ ਡਿਊਟੀ ਕਰਦੇ ਹੋਏ ਇਹਨਾਂ ਲੋਕਾਂ ਨੇ ਜਿਹੜੇ ਸ਼ਰਾਬ ਪੀ ਰਹੇ ਸੀ ਉੱਥੇ, ਖਿਡਾਰੀ ਸੀ ਇਹ, ਆਪਦੇ ਆਪ ਨੂੰ ਦੱਸਦੇ ਆ, ਤੇ ਇਹਨਾਂ ਨੇ ਜੋ ਉੱਥੇ ਕੁੱਟਮਾਰ ਕੀਤੀ ਉੱਥੇ ਦਰਸ਼ਨ ਸਿੰਘ ਦੀ ਮੌਤ ਹੋਈ, ਉਹਦੇ ਸੰਬੰਧ ਦੇ ਵਿੱਚ ਜਿਹੜਾ ਪੁਲਿਸ ਦੀ ਜਿਹੜੀ ਕਾਰਵਾਈ ਤੋਂ ਅਸੀਂ ਸਾਰੀਆਂ ਜਥੇਬੰਦੀਆਂ ਪਹਿਲੇ ਦਿਨ ਤੋਂ ਐਨਟੀਸੀ ਪਰਿਵਾਰ ਨਾਲ ਅਸੀਂ ਸੰਤੁਸ਼ਟ ਸੀ, ਉਹਦਾ ਚਲਾਨ ਆ ਜਿਹੜਾ ਅਦਾਲਤ ਵਿੱਚ ਦਿੱਤਾ ਜਾ ਚੁੱਕਾ, ਪਰ ਹੁਣ ਕੁੱਝ ਜਥੇਬੰਦੀਆਂ ਇਸ ਆੜ ਦੇ ਵਿੱਚ ਵੀ ਇਹ ਜਿਹੜਾ ਪਰਚਾ ਇਹ ਗਲਤ ਹੋਇਆ ਜਾਂ ਕੁਛ ਹੋਇਆ, ਉਹ ਕਾਨੂੰਨੀ ਮੈਟਰ ਹੈ, ਅਦਾਲਤ ਵਿੱਚ ਜਾਣ, ਆਪਦੇ ਸਬੂਤ ਰੱਖਣ, ਉੱਥੋਂ ਬਰੀ ਹੁੰਦੇ ਆ, ਸਾਨੂੰ ਕੋਈ ਇਤਰਾਜ਼ ਨਹੀਂ। ਪਰਿਵਾਰ ਨੂੰ ਦਬਾਇਆ ਜਾ ਰਿਹਾ, ਪਹਿਲਾਂ ਰਾਜ਼ੀਨਾਮੇ ਦੇ ਨਾਂ 'ਤੇ ਦਬਾਇਆ ਗਿਆ, ਹੁਣ ਪ੍ਰੈਸ਼ਰ ਧਰਨਾ ਦੇ ਕੇ ਜਿਹੜਾ ਪ੍ਰਸ਼ਾਸਨ ਦੇ ਉੱਤੇ ਦਬਾਅ ਪਾ ਰਹੇ ਆ, ਜੋ ਕਿ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਹਰ ਲੜਾਈ ਆ ਜਿਹੜੀ, ਕਿਉਂਕਿ ਕਤਲ ਹੋਇਆ, ਇੱਕ ਪੁਲਿਸ ਅਫਸਰ ਦਾ ਕਤਲ ਹੋਇਆ, ਇੱਕ ਬੇਗਨਾਹ ਪੁਲਿਸ ਅਫਸਰ ਦਾ ਔਨ ਡਿਊਟੀ ਕਤਲ ਹੋਇਆ, ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ, ਨਹੀਂ ਤਾਂ ਪੁਲਿਸ ਦਾ ਮਰਾਦ ਟੁੱਟੂਗਾ, ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਅਨਸਰ ਆ ਜਿਹੜੇ ਫਿਰ ਚੁੱਕਣਗੇ, ਤੇ ਸ਼ਰੀਫ ਆਦਮੀ ਤੇ ਇਨਸਾਫ਼ ਪਸੰਦ ਸ਼ਹਿਰੀ ਕਿੱਥੇ ਜਾਊਗਾ? ਇਹ ਬਹੁਤ ਵੱਡਾ ਸਵਾਲ। ਅਗਲਾ ਜੀ, ਸਾਡੀ ਜਿਹੜੀ ਜਥੇਬੰਦੀ ਹੈ ਅਸੀਂ ਅੱਜ ਇੱਕ ਬਣਾ ਰਹੇ ਹਾਂ, ਜੋ ਫਿਰ ਜਥੇਬੰਦੀ ਜੇ ਸਾਨੂੰ ਪ੍ਰੋਗਰਾਮ ਦੇਊਗੀ, ਅਸੀਂ ਵੀ ਇਨਸਾਫ਼ ਲੈਣ ਵਾਸਤੇ ਤੁਹਾਨੂੰ ਪੀੜਤ ਧਿਰ ਹਾਂ ਜੀ, ਅਸੀਂ ਤਾਂ ਪੀੜਤ ਧਿਰ ਨਾਲ ਖੜੇ ਹਾਂ, ਤੇ ਪੀੜਤ ਧਿਰ ਹੈ ਖੁਦ ਸਾਡਾ ਉਹ ਮੁਲਾਜ਼ਮ ਸੀ, ਉਹ ਤਾਂ ਕਾਤਲ ਨੇ, ਹੁਣ ਕਾਤਲ ਨਾਲ ਖੜਨਾ ਤੇ ਪੀੜਤ ਨਾਲ ਖੜਨਾ, ਤੁਸੀਂ ਆਪ ਹੀ ਲੋਕ ਇਸ ਚੀਜ਼ ਦਾ ਜਵਾਬ ਦੇ ਦੇਣ।